ਸਨੀ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਨੇ। ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਵੀ ਨਾਲ ਸੀ ਔਰ ਇਹਦੇ ਕੋਲੋਂ ਸਨੀ ਕੁਮਾਰ ਕੋਲੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ ਨੇ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਦਾ ਸੀ ਅੱਡ ਅੱਡ ਵੱਖ ਵੱਖ ਮਾਰਕਿਆਂ ਦੀਆਂ। ਇਸ ਸੰਬੰਧੀ ਜਿਹੜੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਦਾ ਅਪਰਾਧਕ ਪਿਛੋਕੜ ਨਿਲ ਆਇਆ ਬਟ ਇਹਨੂੰ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਇਹਦੇ ਅਸਲ ਸਪਲਾਇਰ ਕੌਣ ਨੇ ਜਾਂ ਇਹ ਕਿੱਥੋਂ ਇਹ ਲੈ ਕੇ ਆਉਂਦਾ ਸਪਲਾਈ, ਉਹਨਾਂ ਸਾਰਿਆਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਸੰਬੰਧਿਤ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਜੀ ਸਾਡੇ ਕੋਲ ਇਨਫੋਰਮੇਸ਼ਨ ਸੀ ਤੋ ਦੌਰਾਨੇ ਚੈਕਿੰਗ ਜਦ ਇਹਨੂੰ ਚੈੱਕ ਕੀਤਾ ਗਿਆ ਤਾਂ ਸਾਨੂੰ ਇਹਦੇ ਤੋਂ ਰਿਕਵਰੀ ਹੋਈ ਹੈ ਔਰ ਜੋ ਮੁੱਢਲੀ ਪੁੱਛਗਿੱਛ ਦੇ ਦੌਰਾਨ ਆਇਆ ਵੀ ਜਗਰਾਓਂ ਪੁਲ ਦੇ ਨੇੜੇ ਇਹਨੂੰ ਕੋਈ ਸਪਲਾਇਰ ਦੇ ਕੇ ਗਿਆ ਸੀਗਾ ਤੇ ਉਹਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਈ ਰਿਕਸ਼ਾ ਦਾ ਕੰਮ ਕਰਦਾ ਸਨੀ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਨੇ। ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਵੀ ਨਾਲ ਸੀ ਔਰ ਇਹਦੇ ਕੋਲੋਂ ਸਨੀ ਕੁਮਾਰ ਕੋਲੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ ਨੇ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਦਾ ਸੀ ਅੱਡ ਅੱਡ ਵੱਖ ਵੱਖ ਮਾਰਕਿਆਂ ਦੀਆਂ। ਇਸ ਸੰਬੰਧੀ ਜਿਹੜੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਦਾ ਅਪਰਾਧਕ ਪਿਛੋਕੜ ਨਿਲ ਆਇਆ ਬਟ ਇਹਨੂੰ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਇਹਦੇ ਅਸਲ ਸਪਲਾਇਰ ਕੌਣ ਨੇ ਜਾਂ ਇਹ ਕਿੱਥੋਂ ਇਹ ਲੈ ਕੇ ਆਉਂਦਾ ਸਪਲਾਈ, ਉਹਨਾਂ ਸਾਰਿਆਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਸੰਬੰਧਿਤ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਜੀ ਸਾਡੇ ਕੋਲ ਇਨਫੋਰਮੇਸ਼ਨ ਸੀ ਤੋ ਦੌਰਾਨੇ ਚੈਕਿੰਗ ਜਦ ਇਹਨੂੰ ਚੈੱਕ ਕੀਤਾ ਗਿਆ ਤਾਂ ਸਾਨੂੰ ਇਹਦੇ ਤੋਂ ਰਿਕਵਰੀ ਹੋਈ ਹੈ ਔਰ ਜੋ ਮੁੱਢਲੀ ਪੁੱਛਗਿੱਛ ਦੇ ਦੌਰਾਨ ਆਇਆ ਵੀ ਜਗਰਾਓਂ ਪੁਲ ਦੇ ਨੇੜੇ ਇਹਨੂੰ ਕੋਈ ਸਪਲਾਇਰ ਦੇ ਕੇ ਗਿਆ ਸੀਗਾ ਤੇ ਉਹਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਈ ਰਿਕਸ਼ਾ ਦਾ ਕੰਮ ਕਰਦਾ ਸਨੀ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਨੇ। ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਵੀ ਨਾਲ ਸੀ ਔਰ ਇਹਦੇ ਕੋਲੋਂ ਸਨੀ ਕੁਮਾਰ ਕੋਲੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ ਨੇ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਦਾ ਸੀ ਅੱਡ ਅੱਡ ਵੱਖ ਵੱਖ ਮਾਰਕਿਆਂ ਦੀਆਂ। ਇਸ ਸੰਬੰਧੀ ਜਿਹੜੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਦਾ ਅਪਰਾਧਕ ਪਿਛੋਕੜ ਨਿਲ ਆਇਆ ਬਟ ਇਹਨੂੰ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਇਹਦੇ ਅਸਲ ਸਪਲਾਇਰ ਕੌਣ ਨੇ ਜਾਂ ਇਹ ਕਿੱਥੋਂ ਇਹ ਲੈ ਕੇ ਆਉਂਦਾ ਸਪਲਾਈ, ਉਹਨਾਂ ਸਾਰਿਆਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਸੰਬੰਧਿਤ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਜੀ ਸਾਡੇ ਕੋਲ ਇਨਫੋਰਮੇਸ਼ਨ ਸੀ ਤੋ ਦੌਰਾਨੇ ਚੈਕਿੰਗ ਜਦ ਇਹਨੂੰ ਚੈੱਕ ਕੀਤਾ ਗਿਆ ਤਾਂ ਸਾਨੂੰ ਇਹਦੇ ਤੋਂ ਰਿਕਵਰੀ ਹੋਈ ਹੈ ਔਰ ਜੋ ਮੁੱਢਲੀ ਪੁੱਛਗਿੱਛ ਦੇ ਦੌਰਾਨ ਆਇਆ ਵੀ ਜਗਰਾਓਂ ਪੁਲ ਦੇ ਨੇੜੇ ਇਹਨੂੰ ਕੋਈ ਸਪਲਾਇਰ ਦੇ ਕੇ ਗਿਆ ਸੀਗਾ ਤੇ ਉਹਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਈ ਰਿਕਸ਼ਾ ਦਾ ਕੰਮ ਕਰਦਾ ਸਨੀ ਕੁਮਾਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਨੇ। ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜਿੰਦਰ ਸਿੰਘ ਵੀ ਨਾਲ ਸੀ ਔਰ ਇਹਦੇ ਕੋਲੋਂ ਸਨੀ ਕੁਮਾਰ ਕੋਲੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਹੋਈਆਂ ਨੇ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੇਚਦਾ ਸੀ ਅੱਡ ਅੱਡ ਵੱਖ ਵੱਖ ਮਾਰਕਿਆਂ ਦੀਆਂ। ਇਸ ਸੰਬੰਧੀ ਜਿਹੜੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਦਾ ਅਪਰਾਧਕ ਪਿਛੋਕੜ ਨਿਲ ਆਇਆ ਬਟ ਇਹਨੂੰ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਇਹਦੇ ਅਸਲ ਸਪਲਾਇਰ ਕੌਣ ਨੇ ਜਾਂ ਇਹ ਕਿੱਥੋਂ ਇਹ ਲੈ ਕੇ ਆਉਂਦਾ ਸਪਲਾਈ, ਉਹਨਾਂ ਸਾਰਿਆਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਸੰਬੰਧਿਤ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਜੀ ਸਾਡੇ ਕੋਲ ਇਨਫੋਰਮੇਸ਼ਨ ਸੀ ਤੋ ਦੌਰਾਨੇ ਚੈਕਿੰਗ ਜਦ ਇਹਨੂੰ ਚੈੱਕ ਕੀਤਾ ਗਿਆ ਤਾਂ ਸਾਨੂੰ ਇਹਦੇ ਤੋਂ ਰਿਕਵਰੀ ਹੋਈ ਹੈ ਔਰ ਜੋ ਮੁੱਢਲੀ ਪੁੱਛਗਿੱਛ ਦੇ ਦੌਰਾਨ ਆਇਆ ਵੀ ਜਗਰਾਓਂ ਪੁਲ ਦੇ ਨੇੜੇ ਇਹਨੂੰ ਕੋਈ ਸਪਲਾਇਰ ਦੇ ਕੇ ਗਿਆ ਸੀਗਾ ਤੇ ਉਹਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਈ ਰਿਕਸ਼ਾ ਦਾ ਕੰਮ ਕਰਦਾ।